नायग्रा फॉल। ये मेरी दीदी है ते इन्हां दा छोटा ना टैडी बियर आ, बड़ा ना बहुत बड़ा वा। जाने दी कोई इच्छा नहीं किसे नू। ਬਹੁਤ ਸੋਹਣੀ ਲੋਕੇਸ਼ਨ ਆ ਤੇ ਇੱਥੇ ਕਾਫੀ ਚੀਜ਼ਾਂ ਨੇ ਘੁੰਮਣ ਵਾਲੀਆਂ। ਹੋਪਫੁਲੀ ਅੱਜ ਵੇਖਾਂਗੇ ਤੇ ਵਿਖਾਉਂਗੀ। ਜਿਲ੍ਹਾ ਮੂਵੀ ਤੋਂ ਇੰਸਪਾਇਰ ਹੈਗੇ, ਪੂਰੀ ਪੂਰੀ ਬਿਲਡਿੰਗ ਬਣਾਈ ਪਈ ਆ। ਤੂਫਾਨ ਆਇਆ ਸੀ, ਘਰ ਪਲਟਾ ਤਾ, ਕੁਰਸੀਆਂ ਵੀ ਉੱਤੇ ਰਹਿ ਗਈਆਂ, ਉਹ ਸਾਈਕਲ ਵੀ ਉੱਤੇ ਰਹਿ ਗਈ, ਫਲੋਰ ਮੈਟ ਵੀ ਉੱਤੇ ਰਹਿ ਗਿਆ, ਵੇਖ ਲਓ। ਸੋ ਇਹ ਸਾਨੂੰ ਇਨ ਟਿਕਟ ਪਿਆ ਤੇ ਹੁਣ ਆਪਾਂ ਚੱਲੇ ਹਾਂ ਪੁੱਠੇ ਘਰ ਦੇ ਅੰਦਰ। ਫਲੋਰ ਤੇ ਸ਼ੂਜ਼ ਵੀ ਉੱਪਰ ਰਖਾਏ ਪਏ ਨੇ। ਹੈਡ ਵੀ ਉੱਤੇ ਲਾਇਆ ਪਿਆ। ਸਾਰੀ ਦੁਨੀਆ ਪੁੱਟੀ ਹੋ ਗਈ ਸਾਡੇ ਵਾਸਤੇ, ਹੁਣ ਸਾਨੂੰ ਲੱਗਿਆ ਵੀ ਦੁਨੀਆ ਅਸਲ ਚ ਹੈ ਕੀ, ਗ੍ਰੈਵਿਟੀ ਕੀ ਹੁੰਦੀ ਹੈ ਸਾਨੂੰ ਹੁਣ ਪਤਾ ਲੱਗਦਾ ਪਿਆ। ਆਪਣਾ
ਟਿਕਟਸ ਤੇ ਹੁਣ ਅਸੀਂ ਚੜ੍ਹਨ ਲੱਗੇ ਹਾਂ ਸੀਲ ਵਿੱਚ। ਪੂਰਾ ਨਾਇਗਰਾ ਫਾਲ ਆ ਤੇ ਇੱਥੇ ਜ਼ਿਪਲਾਈਨ ਵੀ ਆ। ਗਾਈਸ ਇਹ ਆ ਰਾਤ ਦਾ ਵਿਊ, ਲਾਈਕ ਇੱਥੇ ਲਾਈਟਿੰਗ ਸ਼ੁਰੂ ਹੋ ਚੁੱਕੀ ਆ ਤੇ ਸਾਡਾ ਜੇ ਇੱਥੇ ਘੁੰਮਣਾ ਘੁੰਮਣਾ ਹਜੇ ਵੀ ਨਹੀਂ ਖਤਮ ਹੋਇਆ। ਐਂਡ ਸੀ ਮੇਰੇ ਫੋਨ ਦੀ ਕੁਆਲਿਟੀ ਬੜੀ ਖਾਸ ਨਹੀਂ, ਇਸ ਲਈ ਇੱਦਾਂ ਦੀ ਆ। ਤੇ ਰਾਤ ਦਾ ਇਹਦਾ ਵਿਊ ਪੂਰੀ ਮਾਰਕੀਟ ਇੱਦਾਂ ਨਾ ਲਾਈਟ ਤੋਂ ਲਾਈਟ ਹੋਈ ਪਈ ਤੇ ਹਾ ਮੂਰੇ ਡਰੈਗਨ ਡਾਇਨਾਸੌਰ ਦੇਖੋ ਸਾਰੇ ਪਾਸੇ। ਐਂਡ ਉਹ ਨਾ ਵਿਲਕੈਨੋ ਬਣਾਇਆ ਹੋਇਆ ਐਂਡ ਇਹਦੇ 'ਚ ਰਿਐਲਿਟੀ 'ਚ ਲਾਈਕ ਫਾਇਰ ਆਉਂਦੀ ਹੈ ਜਦੋਂ ਨਾ ਥੋੜ੍ਹਾ ਥੋੜ੍ਹਾ ਟਾਈਮ ਬਾਅਦ ਬਰਸਟ ਹੁੰਦਾ, ਇੱਦਾਂ ਦਿਖਾਇਆ ਗਿਆ। ਇਟ ਵਾਸ ਗੁੱਡ, ਮੇ ਬੀ ਹੁਣ ਹੋਵੇ। ਵਲੋਗ ਦੱਸਿਓ ਕਿੱਦਾਂ ਦਾ ਲੱਗਿਆ, ਲਾਈਕ ਬਹੁਤ ਮਤਲਬ ਬਹੁਤ ਮਜ਼ਾ ਆਇਆ, ਬਹੁਤ ਇੰਜੋਏ ਕੀਤਾ ਮੈਂ। ਪਹਿਲਾਂ ਦਿਨ ਟੋਰੋਂਟੋ ਦਾ ਅਤੇ ਥੋੜ੍ਹਾ ਜਿਹਾ ਲਾਈਕ ਵੀਅਰਡ ਵੀ ਸੀ, ਬਟ ਇਟ ਵਾਸ ਗੁੱਡ, ਇਟ ਵਾਸ ਵੈਰੀ ਗੁੱਡ। ਬਹੁਤ ਟਾਇਰਡਨੈਸ ਹੋ ਗਈ, ਬਹੁਤ ਤੁਰੇ, ਬਹੁਤ ਮਜ਼ਾ ਕੀਤਾ, ਬਹੁਤ ਫਨ ਕੀਤਾ। ਅਤੇ ਨਾਇਗਰਾ ਫਾਲ ਨੂੰ ਲੈ ਕੇ ਮੈਨੂੰ ਅੱਜ ਫਸਟ ਟਾਈਮ ਇੱਕ ਫੈਕਟ ਪਤਾ ਚੱਲਿਆ ਵੀ ਇਹਨੂੰ ਸੁਸਾਈਡਲ ਪੁਆਇੰਟ ਕਹਿੰਦਾ, ਕਿਉਂਕਿ ਇੱਥੇ ਅਗਰ ਕੋਈ ਵੀ ਗਿਰ ਜਾਂਦਾ ਤਾਂ ਵਾਪਸ ਮਿਲਦਾ ਨਹੀਂ ਅਤੇ ਉਹਦੀ ਰਿਕਵਰੀ ਦੇ ਵੀ ਚਾਂਸ ਹੀ ਹੁੰਦੇ, ਉਸ ਲਈ ਕੋਈ ਉਹਨੂੰ ਲੱਭਦਾ ਵੀ ਨਹੀਂ। ਅਦਰਵਾਈਜ਼ ਬਹੁਤ ਫਨ ਕਰਨ ਵਾਲੀ ਪਲੇਸ ਐਂਡ ਲਾਈਕ ਬਹੁਤ ਸਾਰੀ ਗੇਮਸ ਸੀਗੀਆਂ, ਮਤਲਬ ਮਜ਼ਾ ਆ ਗਿਆ, ਲਾਈਕ ਵਧੀਆ ਰਿਹਾ ਐਕਸਪੀਰੀਅੰਸ।